ਇੱਕ ਬਾਜ਼ਾਰ ਦੇ ਵਿੱਚ ਲੁੱਟ ਹੋਈ ਹੈ ਮੋਬਾਈਲ, ਹੋ ਕੇ ਲੈ ਕੇ ਕੀ ਕਹਿਣਾ ਚਾਹੁੰਦੇ? ਸਾਡੇ ਕੋਲ 4 ਵਜੇ ਇੱਕ ਕੰਪਲੇਂਟ ਆਈ ਹੈ, ਮੈਂ ਡਿਊਟੀ ਅਫਸਰ ਹਾਂ ਏਐਸਸੀ ਹਰਭਜਨ ਸਿੰਘ ਥਾਣਾ ਹਾਜੀਪੁਰ, ਸੰਜੀਵਨੀ ਵਾਲਾ ਪੋਸਟ ਆਫਿਸ 'ਚ ਕੰਮ ਕਰਦੀ ਹੈ, ਉਹ ਨਾ ਪੈਦਲ ਫੋਨ ਸੁਣਦੀ ਜਾ ਰਹੀ ਘਰ ਨੂੰ, ਅਤੇ ਇੱਕ ਮੁੰਡਾ ਪਲਟੀਨਾ ਮੋਟਰਸਾਈਕਲ 'ਤੇ ਇਹਦਾ ਛੀਨ ਕੇ ਲੈ ਗਏ, ਅਤੇ CCTV ਫੁਟੇਜ ਆ ਰਹੀ ਉਹਦੇ, ਵੇਖ ਕੇ ਇੱਕ ਦੋ ਵੇਖਿਆ ਬਾਜ਼ਾਰ 'ਚ ਹੋਰ ਖੰਘਾਲ ਲਏ ਪਏ ਆ, ਅਤੇ ਹੁਲੀਆ ਦਾ ਵੇਖ ਕੇ ਤਲਾਸ਼ ਕਰਨ ਦੇ ਯਤਨ ਜਾਰੀ ਨੇ। ਇੱਕ ਬਾਜ਼ਾਰ ਦੇ ਵਿੱਚ ਲੁੱਟ ਹੋਈ ਹੈ ਮੋਬਾਈਲ, ਹੋ ਕੇ ਲੈ ਕੇ ਕੀ ਕਹਿਣਾ ਚਾਹੁੰਦੇ? ਸਾਡੇ ਕੋਲ 4 ਵਜੇ ਇੱਕ ਕੰਪਲੇਂਟ ਆਈ ਹੈ, ਮੈਂ ਡਿਊਟੀ ਅਫਸਰ ਹਾਂ ਏਐਸਸੀ ਹਰਭਜਨ ਸਿੰਘ ਥਾਣਾ ਹਾਜੀਪੁਰ, ਸੰਜੀਵਨੀ ਵਾਲਾ ਪੋਸਟ ਆਫਿਸ 'ਚ ਕੰਮ ਕਰਦੀ ਹੈ, ਉਹ ਨਾ ਪੈਦਲ ਫੋਨ ਸੁਣਦੀ ਜਾ ਰਹੀ ਘਰ ਨੂੰ, ਅਤੇ ਇੱਕ ਮੁੰਡਾ ਪਲਟੀਨਾ ਮੋਟਰਸਾਈਕਲ 'ਤੇ ਇਹਦਾ ਛੀਨ ਕੇ ਲੈ ਗਏ, ਅਤੇ CCTV ਫੁਟੇਜ ਆ ਰਹੀ ਉਹਦੇ, ਵੇਖ ਕੇ ਇੱਕ ਦੋ ਵੇਖਿਆ ਬਾਜ਼ਾਰ 'ਚ ਹੋਰ ਖੰਘਾਲ ਲਏ ਪਏ ਆ, ਅਤੇ ਹੁਲੀਆ ਦਾ ਵੇਖ ਕੇ ਤਲਾਸ਼ ਕਰਨ ਦੇ ਯਤਨ ਜਾਰੀ ਨੇ। ਇੱਕ ਬਾਜ਼ਾਰ ਦੇ ਵਿੱਚ ਲੁੱਟ ਹੋਈ ਹੈ ਮੋਬਾਈਲ, ਹੋ ਕੇ ਲੈ ਕੇ ਕੀ ਕਹਿਣਾ ਚਾਹੁੰਦੇ? ਸਾਡੇ ਕੋਲ 4 ਵਜੇ ਇੱਕ ਕੰਪਲੇਂਟ ਆਈ ਹੈ, ਮੈਂ ਡਿਊਟੀ ਅਫਸਰ ਹਾਂ ਏਐਸਸੀ ਹਰਭਜਨ ਸਿੰਘ ਥਾਣਾ ਹਾਜੀਪੁਰ, ਸੰਜੀਵਨੀ ਵਾਲਾ ਪੋਸਟ ਆਫਿਸ 'ਚ ਕੰਮ ਕਰਦੀ ਹੈ, ਉਹ ਨਾ ਪੈਦਲ ਫੋਨ ਸੁਣਦੀ ਜਾ ਰਹੀ ਘਰ ਨੂੰ, ਅਤੇ ਇੱਕ ਮੁੰਡਾ ਪਲਟੀਨਾ ਮੋਟਰਸਾਈਕਲ 'ਤੇ ਇਹਦਾ ਛੀਨ ਕੇ ਲੈ ਗਏ, ਅਤੇ CCTV ਫੁਟੇਜ ਆ ਰਹੀ ਉਹਦੇ, ਵੇਖ ਕੇ ਇੱਕ ਦੋ ਵੇਖਿਆ ਬਾਜ਼ਾਰ 'ਚ ਹੋਰ ਖੰਘਾਲ ਲਏ ਪਏ ਆ, ਅਤੇ ਹੁਲੀਆ ਦਾ ਵੇਖ ਕੇ ਤਲਾਸ਼ ਕਰਨ ਦੇ ਯਤਨ ਜਾਰੀ ਨੇ।